ਤੇ ਅਸੀਂ ਇਹ ਸਮਾਨ ਜਿਹਾ ਚੱਕ ਕੇ ਅਸੀਂ ਚੱਲੇ ਆ ਕਿੱਥੇ ਲਿਆ ਟਰੱਕ ਅਸੀਂ ਟਰੱਕ ਚਲਾਉਂਦੇ ਨਹੀਂ ਵੈਸੇ ਪਰ ਮਰਾੜੀ ਆਇਆ ਤੇ ਉਹ ਕੀ ਕਹਿੰਦੇ ਨੇ ਫਲਾਈਂਗ ਜੇ ਹੁੰਦਾ ਇੱਕ ਉੱਥੇ ਉਹ ਰੈਸਟ ਕਰ ਰਿਹਾ ਉਹ ਕਹਿੰਦਾ ਆ ਜਾਓ ਕਹਿੰਦਾ ਆਪਾਂ ਬਹਿਨੇ ਆ ਹਨਾ ਅਸੀਂ ਕਿਹਾ ਚੱਲ ਟਰੱਕ 'ਚ ਰਾਤ ਕੱਟਦੇ ਅੱਜ ਭਈ ਕੱਲ ਨੂੰ ਵੇਲਾ ਕੱਲ ਨੂੰ ਲੈਪਟਾਪ ਚੱਕ ਲੈਂਦੇ ਆ ਚਾਰਜਰ ਨਹੀਂ ਹੈਗਾ ਪਰ ਚਾਰਜਰ ਵੀ ਚੱਕ ਲੈਂਦੇ ਆ ਇਹਦੇ ਟਰੱਕ 'ਚ ਕਿਹੜਾ ਹੋਣੀ ਹੈਗੀ ਵੀਰ ਉਹ ਮੇਰੇ ਫੋਨ ਦਾ ਦੂਜਾ ਚਾਰਜਰ ਵੀ ਚੱਕ ਲਿਆ ਮੇਰੇ ਵਾਲੇ ਲਾ ਲਈ ਚੁੱਕ ਕੇ ਚਲੋ ਆ ਜਾ ਇੱਧਰ ਬੁਲਾ ਲਈ ਚਾਰਜਰ ਆਪਾਂ ਇੱਥੇ ਪਾ ਲਈ ਭਾਜੀ ਦੂਜੀ ਗੱਡੀ ਚੱਕ ਲਈ ਮਤਲਬ ਮੇਰੀ ਆਪਦੇ ਵਾਲੀ ਕਿਉਂਕਿ ਮੈਂ ਥੋੜ੍ਹਾ ਜਿਹਾ ਸਵੇਰੇ ਆਉਣਾ ਵਾ ਅਤੇ ਗਗਨ ਕਹਿੰਦਾ ਮੈਂ ਲੇਟ ਤੱਕ ਸੌਂਗਾ ਟਰੱਕ 'ਚ ਮੈਂ ਇਹੋ ਜਿਹਾ ਆਪਦੀ ਉਹ ਗੱਡੀ ਚੱਕ ਲੈਂਦੇ ਹਾਂ ਟਰੱਕ ਵਾਲੀ ਯਾਰਡ 'ਚ ਫਲਾਈਂਗ ਜੀ ਇਹਦਾ ਪੰਪ ਜੀ ਤਾਂ ਟਰੱਕ ਇੱਥੇ ਲੱਗਦੇ ਨੇ ਪਾਰਕ ਕਾਫੀ ਕਾਫੀ ਵੱਡੀ ਸਪੇਸ ਆ ਮਤਲਬ ਤਾਂ 250-250 ਟਰੱਕ ਹੋਊਗਾ ਅਤੇ ਹੁਣ ਇਹਦਾ ਬਾਈ ਦਾ ਟਰੱਕ ਦੇਖੋ ਕਿੱਥੇ ਆ ਅਤੇ ਕਿਹੜਾ ਵਾ ਹਾਂ ਇਹ ਲੱਖ ਕਿੰਨਾ 1,64,000 ਚੱਲਿਆ ਮਤਲਬ ਇਹ ਤਾਂ ਕੁਛ ਵੀ ਨਹੀਂ ਹੁੰਦਾ ਕਹਿੰਦੇ ਮੈਂ ਕਿਹਾ ਆਪਣੇ ਗੱਡੀਆਂ ਦੇ ਹਿਸਾਬ ਨਾਲ ਤਾਂ ਆਪਾਂ ਬਹੁਤ ਕਹਿ ਦਿੰਦੇ ਵੀ 1,50,000 ਚੱਲਿਆ ਕਿੰਨੇ ਮਹੀਨੇ ਚੱਲ ਗਿਆ 1,64,000 ਇਹ ਭਾਈ ਮੈਨੇ ਨਾ 100 ਕਿਲੋਮੀਟਰ ਚਲਾ ਹੁਆ ਲਿਆ ਥਾ ਹਾਂ ਅਬ ਇਹ ਅਰੀਬ ਕਰੀਬ 1,50,000 ਮੈਨੇ ਚਲਾ ਦੀਆ ਕਿਤਨੇ ਟਾਈਮ ਵਿੱਚ ਚਲਾਇਆ ਇਹ ਭਾਈ ਲਗਾ ਲਓ ਤੁਮਨੇ ਮੈਨੇ 3 ਮਹੀਨੇ ਮੇਂ ਚਲਾਇਆ ਇਹ 3 ਮਹੀਨੇ ਚ 1,50,000 ਯਾਰ 3 ਮਹੀਨੇ ਕੰਮ ਹੀ ਹੋਗਾ ਭਾਈ 3 ਮਹੀਨੇ ਚ 1,50,000 ਐਨਾ ਚੱਲਦਾ ਯਾਰ शीशे पे नहीं भाई आपके लेफ्ट साइड मिरर पे देखो ग्लास मिरर पे भाई टाकी पे टाकी कहते हैं ना इसको आप पंजाबी में क्या कहते हैं इसको ਯਾਰ 25,000 ਦੇ ਹੁੰਦੇ ਜੀ ਸਰਵਿਸ ਐਸੀ ਹੋ ਤਾ ਕੋ ਭਾਈ ਔਰ ਡਿਊ ਮਾਈਲੇਜ ਆ ਭਰਾਵਾ 25,000 ਨਾ ਸਾਲ ਤੈਨੂੰ ਕਿੰਨੇ ਸਾਲ ਹੋ ਗਏ ਟਰੱਕ ਚਲਾਉਂਦੇ ਨੂੰ ਬ੍ਰੋ ਰੈਗੂਲਰ ਚੈੱਕ ਕਰ ਤੈਨੂੰ ਕਿੰਨੇ ਸਾਲ ਹੋ ਗਏ ਭਾਈ ਅਬ ਤੂੰ ਮੇਰੀ ਕਿਉਂ ਬੋਲ ਰਿਹਾ ਕਿੰਨੇ ਸਾਲ ਹੋ ਗਏ ਹੁਣ ਇਹ ਵੀ ਕਹਿੰਦੇ ਮੈਨੂੰ ਤਾਂ ਪਤਾ ਨਹੀਂ ਕਿ ਮੈਂ ਤਾਂ ਕੱਲਾ ਚਲਾਉਣਾ ਨਾ 2.5 ਲੱਖ ਦਾ ਮੋਸਟਲੀ ਐਦਾਂ ਹੁੰਦਾ ਜਿਹੜੇ ਕੈਨੇਡਾ ਦੇ ਹੁੰਦੇ ਆ ਨਾ ਨਵੇਂ ਡਰਾਈਵਰ ਹੁੰਦੇ ਖਾਸ ਕਰਕੇ ਬਹੁਤ ਘੱਟ ਪਤਾ ਹੁੰਦਾ ਚਲਾਉਣ ਦਾ ਪਤਾ ਹੁੰਦਾ ਵੈਸੇ ਮੇਨਟੇਨੈਂਸ ਦਾ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਸਾਦ ਰੱਬ ਨਾ ਕਰੇ ਰਾਤ ਤੇ ਰੁਕ ਰੱਖ ਜਾਂਦਾ ਥੋੜੀ ਮੋਟੀ ਤੁਸੀਂ ਖੁਦ ਕਰ ਸਕਦੇ ਹੋ ਕਿ ਨਹੀਂ ਉਹਨਾਂ ਕ ਤਾਂ ਪਤਾ ਬਾਈ ਪਤਾ ਹਾਂ ਇਹਨਾਂ ਜਿਪ ਟਾਈਆਂ ਲਾ ਲੈਂਦੇ ਆ ਕਿ ਉਹਨਾਂ ਇਹ ਤਾਂ ਏਅਰਲਾਈਨ ਹਾਂ ਏਅਰਲਾਈਨਾਂ ਤੇ ਹੀ ਇੰਨਾ ਕ ਤਾਂ ਕਰ ਲੈਂਦੇ ਆ ਠੀਕ ਆ ਸਹੀ ਆ ਇਹ ਨਾ ਮੈਂ ਟਰੱਕ ਨਹੀਂ ਚਲਾਉਂਦਾ ਪਰ ਮੈਨੂੰ ਇੰਨੀ ਨੌਲੇਜ ਹੈਗੀ ਆ ਕਿ ਆ ਕੁਝ ਵੀ ਹੁੰਦਾ ਇਹ ਬੰਦੇ ਨੇ ਬੜਾ ਜ਼ੋਰ ਲਾਇਆ ਕੱਕੂ ਆਪਾਂ ਟੀਮ ਚ ਚਲਾਉਣੇ ਆ ਚੱਲ ਕਿਸਮਤ ਇਹ ਹੁੰਦੀ ਹੈ ਕਿ ਵੀ ਡਰਾਈਵਰ ਵੀ ਕਿਸੇ ਦੀ ਕਿਸਮਤ 'ਚ ਹੁੰਦੀ ਹੈ ਫਰੇਟਲਾਈਨਰ ਦਾ ਕਸਕੇਡੀਆ 2024 ਮਾਡਲ ਪਰ ਦੇਖਣ ਤੋਂ ਲੱਗਦਾ ਨਹੀਂ ਗਾ ਵੀ ਇਹ 24 ਮਾਡਲ ਆ ਸਫਾਈ ਸਫੂਈ ਐਨ ਮਤਲਬ ਵੀ ਵਧੀਆ ਕਰੀ ਹੋਈ ਆ ਬਾਈ ਨੇ ਤੇ ਮੈਨੂੰ ਤਾਂ ਯਾਰ ਐਂ ਸੀਗਾ ਹੈ ਕਿ ਇਹ ਡਿਜੀਟਲ ਹੋਊਗਾ ਬਹੁਤ ਜ਼ਿਆਦਾ ਬਟ ਇਹ ਤਾਂ ਬੇਸਿਕ ਆ ਕਈ ਵੀ ਅਪਗ੍ਰੇਡਾਂ ਹੁੰਦੀਆਂ ਨੇ ਇਹਦੇ ਵਿੱਚ ਹੁੰਦੀਆਂ ਨੇ ਅਪਗ੍ਰੇਡ ਹੁੰਦੀਆਂ ਭਈਆ ਅੱਛਾ ਅਪਗ੍ਰੇਡ ਜੀ ਹਾਂ ਹੁੰਦੀਆਂ ਇਸ ਵਿੱਚ ਇਹ ਚ ਅਪਗ੍ਰੇਡ ਪਰ ਇਹ ਬੇਸਿਕ ਆ ਹਨਾ ਨਹੀਂ ਇਹ ਬੇਸਿਕ ਵਾਲਾ ਹੈ ਹਾਂ ਬਿਕੋਜ਼ ਮੈਂ ਉਹ ਦੇਖਿਆ ਸੀਗਾ ਪੀਟਰ ਬੈਲਟ ਦੇਖਿਆ ਸੀਗਾ ਉਹਦੀ ਡਿਜੀਟਲ ਸਕਰੀਨ ਸੀ ਆ ਹੁਣ ਤੇ ਆ ਹੈਗੀ ਆ ਲੌਗ ਬੁੱਕ ਜਿਹੜੀ ਅੱਜ ਕੱਲ ਸਾਰੇ ਹੇਟ ਕਰਦੇ ਆ ਪਰ ਵਧੀਆ ਹੋਣੀ ਚਾਹੀਦੀ ਸੇਫਟੀ ਲਈ ਮੇਰੇ ਹਿਸਾਬ ਚ ਹਨਾ ਆ ਹੈਗੀਆਂ ਨੇ ਜੀ ਬ੍ਰੇਕਾਂ ਕਿਹੜੀਆਂ ਨੇ ਸੀ ਆ ਹੈਗੀ ਆ ਪਾਰਕਿੰਗ ਬ੍ਰੇਕ ਆ ਗਿਆ ਟ੍ਰੇਲਰ ਦੀ ਬ੍ਰੇਕ ਲੱਗ ਲੱਗ ਹੁੰਦੇ ਨੇ ਐਨੀ ਐਵਰੇਜ ਸੀ ਟ੍ਰੇਲਰ ਦੀਆਂ ਬ੍ਰੇਕਾਂ ਹਾਂ ਮੇਨ ਚੀਜ਼ਾਂ ਕੀ ਯੂਜ਼ ਹੁੰਦੇ ਨੇ ਮੇਰੇ ਹਿਸਾਬ ਚ ਮੇਨ ਚੀਜ਼ਾਂ ਸਟੀਅਰਿੰਗ ਯੂਜ਼ ਹੁੰਦਾ ਇੱਕ ਬ੍ਰੇਕ ਹੁੰਦਾ ਇੱਕ ਰੇਸ ਹੁੰਦਾ ਨਾ ਮੇਨ ਚੀਜ਼ ਸਟੀਅਰਿੰਗ ਬ్రో ਤੇ ਜਿੱਥੇ ਜਾਣਾ ਟਰੱਕਾਂ ਦਾ ਇੱਕ ਅਲੱਗ ਮੈਪ ਹੁੰਦਾ ਇੱਥੇ ਬਿਕੋਜ਼ ਹਰੇਕ ਰੋਡ ਤੇ ਟਰੱਕ ਨਹੀਂ ਚੱਲ ਸਕਦਾ ਨਾ ਕਈ ਰੋਡਾਂ ਦੇ ਟਰੱਕ ਤੁਸੀਂ ਲੈ ਕੇ ਜਾ ਨਹੀਂ ਸਕਦੇ ਤੁਹਾਨੂੰ ਟਿਕਟ ਵੀ ਮਿਲ ਜਾਂਦੀ ਆ ਹੁੰਦਾ ਵੀ ਹੈ ਨਾ ਇਦਾਂ ਇਹ ਹੁੰਦਾ ਹੈ ਭਈ ਇਹ ਹੁੰਦਾ ਹੈ ਸਾਲਾ ਕੀ ਬੋਲਦਾ ਹੁੰਦਾ ਹੈ ਭਈ ਆਪਣਾ ਟਰੱਕ ਦੀ ਵਿਚਲਾ ਹਿੱਸਾ ਆ ਗਿਆ ਤੇ ਇਹਦੇ ਦੋ ਪਾਰਟ ਆ ਗਈ ਆਹ ਪਾਰਟ ਆ ਗਿਆ ਕਹਾ ਮਤਲਬ ਦੋ ਜਣਿਆਂ ਦੇ ਲਈ ਬਹੁਤ ਆ ਗਈ ਇਨਾ ਸਪੇਸ ਜੇ ਪੈਣਾ ਹੋਵੇ ਕਿਸੇ ਨੇ ਨਵੀਂ ਚੀਜ਼ ਮੈਂ ਐਕਸਪਲੋਰ ਕੀਤੀ ਆ ਪਹਿਲਾਂ ਨਹੀਂ ਕਰੀ ਛੱਡ ਦੇਖ ਆਲਾ ਹਿੱਸਾ ਹਾਂ ਤੇ ਆ ਜਿਹੜਾ ਵਧੀਆ ਹੈ ਨਾ ਸਮਾਨ ਸੁਣ ਕਾਫੀ ਰੱਖਣ ਨੂੰ ਬਾਈ ਦੇ ਕੂਲ ਉਹ ਪਏ ਆ ਦੂਜੇ ਸ਼ੀਸ਼ੇ ਸਾਫ਼ ਕਰਨ ਵਾਲਾ ਫਲੂਇਡ ਆ ਪਤਾ ਨਹੀਂ ਕੀ ਕਹਿੰਦੇ ਆ ਐਚ ਉਹਦੀਆਂ ਚੇਨਾਂ ਪਈਆਂ ਜਿੱਦਾਂ ਸਨੋਅ ਚੱਲਣ ਦੇ ਲਈ ਹਨਾ ਹਾਂ ਤੇ
ਉਹ ਸਾਰੀਆਂ ਚੈਨਾਂ ਚੂਨਾਂ ਰੱਖੀਆਂ ਬਾਈ ਨੇ ਬਾਲਟੀ ਦੇ ਵਿੱਚ। ਇਹਦੇ ਬਾਅਦ ਚ ਸ਼ਵਲ ਆ ਗਿਆ ਹਨਾ, ਤੇ ਇਧਰਲੇ ਪਾਸੇ ਕੂਲੈਂਟ ਵਗੈਰਾ ਪਏ ਨੇ ਤੇ ਇੰਜਨ ਆਇਲ ਵਗੈਰਾ ਪਿਆ ਜਿਹੜਾ ਕੋਈ ਬਾਈ ਨੂੰ ਚਾਹੀਦਾ ਵਾ। ਤੇ ਉਦੋਂ ਬਾਅਦ ਚੋਂ ਆ ਗਿਆ ਜਿੱਦਾਂ ਐਕਸਟਰਾ ਸਟੋਰੇਜ, ਤੇ ਇੱਥੇ ਫਰਿੱਜਰ ਵਗੈਰਾ ਤੁਹਾਨੂੰ ਪਤਾ ਹੀ ਆ ਹੁੰਦੀ ਹੈਗੀ। ਹਾਂ ਇੱਥੇ ਚੁੱਲ੍ਹਾ ਚੁੱਲ੍ਹਾ ਰੱਖਣ ਦੇ ਲਈ ਆ। ਆਹ ਫਰਿੱਜਰ ਕਿੱਥੇ ਹੈ ਇਹਦੀ? ਇੱਧਰਲੇ ਪਾਸੇ ਆ, ਸਟੋਰੇਜ ਹੀ ਆ। ਹਾਂ ਆਹ ਫਰਿੱਜਰ ਲੱਗਦੀ ਆ ਨਾ, ਆਹ ਸੀ ਫਰਿੱਜ। ਹਾਂ ਆਹ ਜਿੱਦਾਂ ਨਿੱਕੀ ਜਿਹੀ ਫਰਿੱਜਰ ਆ ਗਈ ਇਹਦੇ ਵਿੱਚ, ਤੇ ਉਦੋਂ ਬਾਅਦ ਚੋਂ ਓਦਾਂ ਡਰਾਇਰ ਜਿਹਾ ਆ ਗਿਆ। ਇੱਧਰਲੇ ਪਾਸੇ ਵੀ ਦੇਖ ਬਰੋ ਕਿੰਨੀ ਸਪੇਸ ਆ, ਤਾਂ ਵਾਲੇ ਪਾਸੇ ਆਹ ਦੇਖ। ਹਾਂ ਫੋਨ ਚਾਰਜ ਲਾਉਣ ਨੂੰ, ਮੇਨ ਫੋਨ ਚਾਰਜ ਲਾਉਣ ਨੂੰ, ਉਹਦੇ ਸਾਰੀਆਂ ਚੀਜ਼ਾਂ ਹੈਗੀਆਂ ਨੇ ਵਿੱਚ, ਫੈਸਿਲਿਟੀਜ਼ ਵਗੈਰਾ। ਤੇ 2024 ਮਾਡਲ ਕਰਕੇ ਟਾਈਪ ਸੀ ਕੇਬਲਾਂ, ਟਾਈਪ ਸੀ ਕੇਬਲਾਂ ਦੇ ਲਈ ਹੈਗਾ। ਆਈਫੋਨ ਚ ਬਾਅਦ ਚੋਂ ਆਈਆਂ ਨੇ, ਐਚ ਕਸਕੇਡੀਆ ਚ ਪਹਿਲਾਂ ਆ ਗਈਆਂ ਸੀਗੀਆਂ। ਹੂੰ ਤੇ ਆ ਵਧੀਆ ਖੁੱਲਾ ਡੁੱਲਾ ਹੈਗਾ ਵਿੱਚੋਂ ਵੀ, ਇੱਧਰਲੇ ਪਾਸੇ ਵੀ ਡਰੋਰ ਆ ਗਏ, ਇੱਧਰ ਵੀ, ਇੱਧਰ ਵੀ। ਹਾਂ ਗੱਦਾ ਦੇਖੀ ਤੇ, ਵੈਸੇ ਤੂੰ ਮਤਲਬ ਰਿਵਿਊ ਦੇ ਤੈਨੂੰ ਕਿਵੇਂ ਲੱਗਦਾ ਇਹ? ਹਾਂ ਬਰੋ ਬਹੁਤ ਖੁੱਲਾ, ਹਾਂ ਵਧੀਆ ਘੈਂਟ ਗੱਦਾ ਵਾ, ਨਾਲੇ ਉਹ ਹਿਸਾਬ ਨਾਲ ਵੀ ਹਾਈਟ ਵੀ ਬਹੁਤ ਆ ਕਿ 6 ਫੁੱਟ ਦਾ ਬੰਦਾ ਪੈ ਕੇ ਦਾ ਹੈ। ਨਹੀਂ ਉਹ ਨਹੀਂ, ਮੈਂ ਪੈ ਕੇ ਪੈ ਕੇ ਦਾ ਦੇ ਤੂੰ ਕਾ 6 ਫੁੱਟ ਦਾ ਫੇਰ ਵੀ ਯਾਰ ਉਹਦਾ ਜਵਾਕ ਵਾਲੇ ਗੱਲਾਂ ਹੋਰ ਉਹ ਪਤਾ ਲਾ ਜੂ ਬਾਈ, ਵਿਊਅਰਸ ਨੂੰ ਪਤਾ ਲਾ ਜੂਗਾ ਇੱਕ ਵਾਰ। ਪੈ ਕੇ ਦਿਖਾ ਤੈਨੂੰ ਕੀ ਆ ਦਵਿੰਦਰ, 5 ਫੁੱਟ ਕਿੰਨੇ ਇੰਚ ਦਾ? 5 ਫੁੱਟ 9 ਇੰਚ ਦਾ, ਮਤਲਬ 6.5 ਫੁੱਟ ਦਾ ਬੰਦਾ ਐਨ ਸੌ ਸਕਦੇ ਉੱਤੇ ਹਨਾ। ਉਦਾਂ ਹੀ ਮੈਂ ਪੰਗੇ ਲੈਂਦੇ ਲੈਂਦੇ ਦੇਖਿਆ ਕਿ ਇੱਥੇ ਇਹਨਾਂ ਨੇ ਆਹ ਵੀ ਲਾਈਟ ਲਾਈ ਆ, ਕਿਸੇ ਵੀ ਡਾਇਰੈਕਸ਼ਨ 'ਚ ਘੁੰਮ ਸਕਦੀ ਹੈ ਨਾ। ਹਾਂ ਇਹਦੋਂ ਬਾਅਦ 'ਚੋਂ ਬਰੋ ਅੰਦਰ ਵੀ ਕਾਫੀ ਲਾਈਟਾਂ ਨੇ ਇਹਦੀ, ਇੱਕ ਆਹ ਆ ਗਏ ਇੱਧਰੋਂ ਚੱਲੂ, ਹਾਂ ਇੱਕ ਆਹ ਹੈਗੀ ਆ, ਹਾਂ ਤੇ ਇੱਕ ਇੱਧਰਲੇ ਪਾਸੇ ਵੀ ਸੇਮ ਲਾਈਟ ਹੈਗੀ ਆ। ਹਾਂ ਤੇ ਡਾਇਰੈਕਸ਼ਨ ਜਿਹੜੀ ਮਰਜ਼ੀ ਘੁਮਾ ਲਓ ਥੱਲੇ ਵੀ ਲਾਈਟ ਹੈਗੀ ਆ। ਹਾਂ ਹਾਂ ਘੈਂਟ ਆ ਬਰੋ, ਕਹਿੰਦਾ ਦਾ ਮਤਲਬ ਸਹੀ ਆ। ਹਾਂ ਪੌੜੀ ਲੱਗੀ ਆ ਯਾਰ ਉੱਤੇ ਚੜਨ ਨੂੰ ਹਨਾ, ਇਹ ਜੇ ਖੋਲਾਂ ਤੇਰੇ ਸਿਰ ਚ ਤਾਂ ਨੀ ਵੱਜਦੀ? ਚੱਲ ਸਹੀ ਹੈਗਾ ਬਰੋ। ਉਹ ਲੱਗ ਗਿਆ ਗੱਭਰੂ ਕੱਢਦਾ ਹੈ ਹੱਥ ਪੌੜੀ ਐਡਰੈਸ।